ਆਵਾਂਗੇ। ਪੰਜ ਅੰਡੇ ਆਪਣੇ ਕੋਲ ਅਤੇ ਪੰਜਾਂ ਅੰਡਿਆਂ ਦਾ ਆਮਲੇਟ ਬਣਾਵਾਂਗੇ ਅਸੀਂ ਅੱਜ। ਦੋ ਆਮਲੇਟ ਬਣਾਉਣੇ ਆ ਜੀ, ਇੰਨਾ ਕੁ ਰੱਖ ਲੈਂਦੇ ਹਾਂ। ਪੈ ਗਿਆ ਪਲੇਟ 'ਚ, ਹੁਣ ਇਹਦੇ ਕੀ ਬਣਾਵਾਂਗੇ ਪਾਰਟੀ। ਤਾਂ ਪਲੇਟ ਫੜ ਕੇ ਐਂ ਕਰ ਦੇਣਾ, ਦੇਖੋ ਕਾਕਾ ਪਰਖੀ ਨਾ ਮਿੱਤਰਾਂ ਦਾ ਜ਼ੋਰ ਨੀ ਗੱਭਰੂ ਦੀ ਬੜਕੇ ਤੇ ਕੰਬਦਾ ਫਲੋਰ ਪਹਿਲੋਂ ਵੀ ਸੀ ਦੱਸਿਆ ਕਿ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਵਾਗਤ ਆ ਨਵੀਂ ਵੀਡੀਓ ਵਿੱਚ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬ੍ਰੈਡ ਅਤੇ ਆਮਲੇਟ ਦਾ ਬਲੌਗ। ਅਤੇ ਅੱਜ ਤਾਂ ਅਸੀਂ ਤੁਹਾਨੂੰ ਬ੍ਰੈਡ ਆਮਲੇਟ ਬਣਾ ਕੇ ਦਿਖਾਵਾਂਗੇ। ਜੁੜੇ ਰਹੋ ਜੀ ਸਾਡੇ ਨਾਲ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਦਿਓ। ਆ ਜਾਓ ਜੀ, ਕਰਦੇ ਹਾਂ ਸ਼ੁਰੂ। ਦੋ ਅਸੀਂ ਲਵਾਂਗੇ ਪਿਆਜ਼ ਜੀ, ਅਤੇ ਦੋ ਮਿਰਚਾਂ ਅਸੀਂ ਲੈ ਲਈਆਂ, ਅਤੇ ਦੋ ਲੈ ਲਏ ਟਮਾਟਰ, ਅਤੇ ਪੰਜ ਅਸੀਂ ਲਏ ਹੈਗੇ ਅੰਡੇ, ਅਤੇ ਇੱਕ ਲੈ ਲਿਆ ਬ੍ਰੈਡ। ਅਤੇ ਇਹਨਾਂ ਦੀ ਹੁਣ ਕਰਾਂਗੇ ਕਟਿੰਗ, ਆਪਾਂ ਕਟਿੰਗ ਕਰਕੇ ਬਾਅਦ 'ਚ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਕੀ ਕਰਨਾ। ਲਓ ਜੀ, ਟਮਾਟਰ ਕਰ ਲਏ ਆ ਕਟਿੰਗ, ਮਿਰਚਾਂ ਕਰ ਲਈਆਂ, ਪਿਆਜ਼ ਕਰ ਲਿਆ। ਇਹ ਸਾਰਾ ਅਸੀਂ ਮਿਕਸ ਕਰਕੇ ਇੱਕ ਬੇਸ ਬਣਾਵਾਂਗੇ, ਅਤੇ ਉਹਦੇ ਵਿੱਚ ਬਾਅਦ 'ਚੋਂ ਅੰਡੇ ਪਾਵਾਂਗੇ। ਜੋ ਅਸੀਂ ਬਣਾਇਆ ਬੇਸ, ਇਹਦੇ ਵਿੱਚ ਕਰਕੇ, ਅਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਲੂਣ ਮਸਾਲਾ, ਅਤੇ ਥੋੜ੍ਹੀ ਕੁ ਮਿਰਚ ਪਾ ਲਵਾਂਗੇ। ਲੂਣ ਜਿੰਨਾ ਕੁ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹਾਂ ਵਿੱਚ ਇਹਦੇ, ਅਤੇ ਹਲਦੀ ਥੋੜ੍ਹੀ ਜਿਹੀ ਪਾ ਲਵਾਂਗੇ, ਮਸਾਲਾ ਪਾ ਲਵਾਂਗੇ, ਅਤੇ ਥੋੜ੍ਹੀ ਕੁ ਹਲਕੀ ਕੁ ਲਾਲ ਮਿਰਚ ਪਾ ਲਵਾਂਗੇ। ਅਤੇ ਬਾਅਦ ਵਿੱਚ ਇਹਦੇ ਵਿੱਚ ਪਾ ਦੇਵਾਂਗੇ ਆਂਡੇ, ਪੰਜ ਆਂਡੇ ਆਪਣੇ ਕੋਲ ਅਤੇ ਪੰਜਾਂ ਅੰਡਿਆਂ ਦਾ ਆਮਲੇਟ ਬਣਾਵਾਂਗੇ ਅਸੀਂ ਅੱਜ। ਬਾਅਦ ਵਿੱਚ ਅਸੀਂ ਇਹਨੂੰ ਕਰ ਦੇਵਾਂਗੇ ਮਿਕਸ ਸਾਰੇ ਨੂੰ। ਸਾਰਾ ਬੇਸ ਜਿੰਨਾ ਵੀ ਵਿੱਚ ਅਸੀਂ ਪਾਇਆ ਆ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ।
ਆਓ ਜੀ, ਸਾਰਾ ਬੇਸ ਮਿਕਸ ਹੋ ਚੁੱਕਾ ਹੈ। ਹੁਣ ਅਸੀਂ ਪਾਲਾਂਗੇ ਗੈਸ। ਹੁਣ ਅਸੀਂ ਥੋੜ੍ਹਾ ਕੁ ਪਾਵਾਂਗੇ ਰਿਫਾਇੰਡ ਆਇਲ, ਜ਼ਿਆਦਾ ਨਹੀਂ ਪਾਉਣਾ, ਨਹੀਂ ਤਾਂ ਫਿਰ ਉੱਤੇ ਤਰਲੋ ਤਰਲੀ ਹੋ ਜਾਣਾ ਕੰਮ। ਇਹਨੂੰ ਘੁਮਾ ਲਵਾਂਗੇ ਚੰਗੀ ਤਰ੍ਹਾਂ ਫਰਾਈ ਪੈਨ ਵਿੱਚ, ਅਤੇ ਥੋੜ੍ਹਾ ਜਿਹਾ ਇਹਨੂੰ ਸੇਕ ਲੱਗਣ ਦੇਵਾਂਗੇ। ਅਤੇ ਜਦ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਬੇਸ ਨੂੰ, ਜਦ ਤੱਕ ਉੱਧਰ ਤੇਲ ਹੁੰਦਾ ਪਿਆ ਆ। ਬੇਸ ਵੀ ਆਪਣਾ ਤਿਆਰ ਆ, ਦੇਖੋ ਲਓ ਜੀ, ਰਿਫਾਇੰਡ ਆਪਣਾ ਹੋ ਚੁੱਕਾ ਗਰਮ। ਹੁਣ ਇਹਦੇ ਵਿੱਚ ਆਪਾਂ ਸਿੱਟਾਂਗੇ ਦੋ ਆਮਲੇਟ ਬਣਾਉਣੇ ਆ ਜੀ, ਇੰਨਾ ਕੁ ਰੱਖ ਲੈਂਦੇ ਹਾਂ। ਹੁਣ ਇਹਨੂੰ ਥੋੜ੍ਹਾ ਜਿਹਾ ਫਰਾਈ ਹੋਣ ਦੇਵਾਂਗੇ, ਅਤੇ ਫਿਰ ਤਾਂ ਮਲਾਂਗੇ ਅਸੀਂ ਪਲਟਾ। ਹੁਣ ਅਸੀਂ ਇਹਦੀ ਲੱਗੇ ਆ ਜੀ ਪਾਲਟੀ ਕਰਾਉਣ। ਆਹ ਦੇਖਿਓ ਇੱਧਰ, ਪਹਿਲਾਂ ਇਹਨੂੰ ਇੱਕ ਪਲੇਟ 'ਚ ਇੱਦਾਂ ਤੁਸੀਂ ਭਰ ਲਓ, ਪੈ ਗਿਆ ਪਲੇਟ 'ਚ। ਹੁਣ ਇਹਦੀ ਅਸੀਂ ਬਣਾਵਾਂਗੇ ਪਾਲਟੀ, ਤਾਂ ਪਲੇਟ ਫੜ ਕੇ ਐਂ ਕਰ ਦੇਣਾ, ਦੇਖੋ ਗੋਲ ਹੈ। ਹੁਣ ਦੂਸਰੇ ਪਾਸੇ ਸੇਕ ਲੱਗ ਜੂਗਾ, ਆਹ ਦੇਖੋ ਐਂ ਲੜ ਚੁੱਕਿਆ ਇੱਧਰੋਂ, ਅਤੇ ਹੁਣ ਅਸੀਂ ਦੂਸਰੇ ਪਾਸੇ ਰਾੜ ਲਾਂਗੇ। ਇੰਨਾ ਹੀ ਕੰਮ ਆ ਬਸ ਜੀ, ਬਾਕੀ ਆ ਬ੍ਰੈਡ ਪਏ ਆ, ਬ੍ਰੈਡ ਖੋਲ੍ਹ ਕੇ ਅਤੇ ਥੋੜ੍ਹੇ ਥੋੜ੍ਹੇ ਇੱਥੇ ਕਰਦੇ ਹਾਂ ਫਰਾਈ ਇਹਨੂੰ ਵੀ। ਲਓ ਜੀ ਇੱਕ ਬਣ ਕੇ ਰੈਡੀ ਆ, ਅਤੇ ਹੁਣ ਦੂਸਰਾ ਪਾਉਂਦੇ ਹਾਂ ਆਪਾਂ। ਥੋੜ੍ਹਾ ਜਿਹਾ ਆਇਲ ਪਾ ਲਵਾਂਗੇ ਇਹਦੇ ਲਈ, ਘੁਮਾ ਦਿਓ ਇੱਦਾਂ ਤੁਸੀਂ ਸਾਰੇ ਜਾਣੀ। ਇਹਦੇ ਵਿੱਚ ਆਪਣੇ ਕੋਲ ਸਮਾਨ ਘੱਟ ਸੀ ਤਾਂ ਇੱਦਾਂ ਦਾ ਬਣਿਆ ਹੈ। ਹਲੋ ਜੀ, ਦੂਸਰਾ ਵੀ ਰੈਡੀ ਆ, ਅਤੇ ਬ੍ਰੈਡ ਵੀ ਆਪਣੇ ਰੈਡੀ ਆ। ਇਹਨੂੰ ਵੀ ਥੋੜ੍ਹੇ ਥੋੜ੍ਹੇ ਅਸੀਂ ਫਰਾਈ ਕਰਾਂਗੇ। ਦੂਸਰਾ ਆਮਲੇਟ ਵੀ ਹੋ ਗਿਆ ਰੈਡੀ, ਇਹਨੂੰ ਵੀ ਇਹਦੇ ਉੱਪਰ ਹੀ ਰੱਖ ਦਾਂਗੇ। ਆਹ ਲਓ ਜੀ, ਦੇਖੋ ਭਾਫਾਂ ਨਿਕਲ ਰਹੀਆਂ ਕਿ ਨਹੀਂ ਪੂਰੀਆਂ।
ਇਹਦੇ ਵਿੱਚ ਵੀ ਥੋੜ੍ਹਾ ਜਿਹਾ ਰਿਫਾਈਂਡ ਪਾ ਲਿਆ। ਹੁਣ ਅਸੀਂ ਕਰਦੇ ਹਾਂ ਬ੍ਰੈਡ ਗਰਮ। ਦੇਖੋ ਚਾਰ ਰੱਖ ਲੈਣੇ ਆ, ਇਹ ਚਾਰ ਬ੍ਰੈਡ ਰੱਖ ਸਕਦੇ ਤੁਸੀਂ ਇੱਕ ਵਾਰ 'ਚ। ਮਤਲਬ ਜੇ ਤੁਹਾਡੇ ਕੋਲ ਕੋਈ ਫਰਾਈ ਪੈਨ ਖੁੱਲ੍ਹਾ ਆ ਤਾਂ ਉਹਦੇ ਵਿੱਚ 6-7 ਵੀ ਰੱਖ ਸਕਦੇ ਹਾਂ। ਜੇ ਥੋੜ੍ਹਾ ਮਤਲਬ ਭਾਂਡਾ ਛੋਟਾ ਆ ਤਾਂ ਉਹਦੇ ਵਿੱਚ 2 ਵੀ ਆ ਸਕਦੇ ਆ। ਇਹਨੂੰ ਥੋੜ੍ਹਾ ਥੋੜ੍ਹਾ ਅਸੀਂ ਰਾੜ ਲੈਣਾ, ਜਿੱਦਾਂ ਦੇਖੋ ਥੋੜ੍ਹੇ ਥੋੜ੍ਹੇ ਬਲੈਕ ਜਿਹੇ ਕਰ ਲੈਣੇ। ਮੁੜ ਕੇ ਇਹਨੂੰ ਰੱਖ ਲਾਂਗੇ ਅਸੀਂ ਇੱਕ ਸਾਈਡ। ਇੰਨੇ ਬ੍ਰੈਡ ਅਸੀਂ ਕਰਦੇ ਗਰਮ, 4 4 8 ਅਤੇ 4 12। ਆ ਹੁਣ ਤਾਂ ਇੱਧਰ ਬਸ ਆ ਲਾਸਟ ਹੀ ਆ, ਅਤੇ ਬਾਅਦ 'ਚ ਆਪਣੀ ਬ੍ਰੈਡ ਆਮਲੇਟ ਦੀ ਰੈਸਪੀ ਬਣ ਕੇ ਤਿਆਰ ਆ ਜੀ। ਅਤੇ ਤੁਸੀਂ ਵੀ ਇੱਕ ਵਾਰੀ ਘਰ ਵਿੱਚ ਜ਼ਰੂਰ ਟਰਾਈ ਕਰਿਓ, ਕਿਉਂਕਿ ਬਹੁਤ ਹੀ ਸਿੰਪਲ ਰੈਸਪੀ ਆ ਇਹ। ਇਹਦੇ ਵਿੱਚ ਜ਼ਿਆਦਾ ਕੁਛ ਆਪਾਂ ਨੂੰ ਪੰਗੇ ਲੈਣੇ ਨਹੀਂ ਪੈਂਦੇ, ਨਾ ਜ਼ਿਆਦਾ ਟਾਈਮ ਲੱਗਦਾ ਆ, ਅਤੇ ਬਹੁਤ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦੀ ਆ। ਆਹ ਜੀ ਬ੍ਰੈਡ ਵੀ ਬਰਾਊਨ ਹੋ ਗਏ ਆ। ਹੁਣ ਇਹਨੂੰ ਅਸੀਂ ਚੱਕ ਲਵਾਂਗੇ ਇੱਥੋਂ ਇਕੱਠੇ ਕਰਕੇ, ਨਾਲ ਤੁਸੀਂ ਚਾਹ ਵੀ ਲੈ ਸਕਦੇ ਹੋ ਇਹਦੇ ਨੂੰ ਖਾ ਕੇ, ਅਤੇ ਬਾਅਦ 'ਚ ਤੁਸੀਂ ਪੀ ਸਕਦੇ ਹੋ ਚਾਹ, ਅਤੇ ਐਨ ਤੁਹਾਨੂੰ ਪੂਰਾ ਨਜ਼ਾਰਾ ਆਜੂਗਾ। ਆ ਲਓ ਜੀ ਬ੍ਰੈਡ ਆਮਲੇਟ ਬਣ ਕੇ ਤਿਆਰ ਆ, ਅਤੇ ਹੁਣ ਅਸੀਂ ਇਹਦੇ ਨਾਲ ਲਵਾਂਗੇ ਸੌਸ। ਅਤੇ ਇੰਨੀ ਅੱਜ ਦੀ ਵੀਡੀਓ ਸੀ। ਸੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚੰਗਾ ਜੀ, ਮਿਲਦੇ ਹਾਂ ਨੈਕਸਟ ਵੀਡੀਓ 'ਚ।